ਬਸ ਇੰਨਾ ਹੀ ਕਿ ਸਤਸੰਗਤ ਵਿੱਚ ਆਉਣ ਦਾ ਕੀ ਮਹਾਤਮ ਹੈ। ਗੁਰਬਾਣੀ ਪੜ੍ਹਨ ਸੁਣਨ ਦਾ ਕਿਤੇ ਆ ਕੇ ਤਾਂ ਦੇਖੋ, ਗੁਰਬਾਣੀ ਨੂੰ ਕਿਤੇ ਛੱਕ ਕੇ ਤਾਂ ਦੇਖੋ ਕੀ ਸਵਾਦ ਹੈ। ਚੱਖਿਆ ਹੀ ਪਤਾ ਲੱਗੂ ਭਾਈ, ਬਿਨਾਂ ਚੱਖਿਆ ਤਾਂ ਨਹੀਂ ਪਤਾ ਲੱਗਦਾ ਕਿੰਨਾ ਕੁ ਮਿੱਠਾ ਹੈ ਮਿਸ਼ਰੀ ਦੇ ਵਿੱਚ। ਦੇਖਿਆ ਨਹੀਂ ਪਤਾ ਲੱਗਦਾ, ਮਿਸ਼ਰੀ ਮਿਸ਼ਰੀ ਕਹਿਣ ਦੇ ਨਾਲ ਵੀ ਪਤਾ ਮਿਸ਼ਰੀ ਦੇ ਸਵਾਦ ਦਾ ਨਹੀਂ ਲੱਗਦਾ, ਚੱਖਿਆ ਹੀ ਪਤਾ ਲੱਗਦਾ ਨਾ ਸਾਈ ਨਾਮ ਅਮੋਲ। ਸੋ ਸਾਧ ਸੰਗਤ ਕੋਈ ਕੀਮਤ ਜਾਣਦਾ ਹੋਵੇ ਤਾਂ ਇਧਰ ਸਾਧ ਸੰਗਤ ਹਰ ਨਾਮ ਅਮੋਲਾ, ਜਿਨ੍ਹਾਂ ਨੇ ਚੱਖਿਆ ਚੱਖਿਆ ਪਤਾ ਫਿਰ ਲੱਗਦਾ ਕੀ ਹੈ। ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ। ਸੋ ਸਾਧ ਸੰਗਤ ਹੁਣ ਇੱਕ ਦਿਨ ਰਾਜਾ ਪਿੱਛੋਂ ਜਾਗਿਆ, ਦੇਖਦਾ ਪਲੰਘ ਖਾਲੀ ਹੈ, ਆਵਾਜ਼ ਵੀ ਮਾਰਦਾ ਰਾਣੀ ਪਾਣੀ ਪਾਣੀ ਮੰਗਦਾ, ਨਾ ਰਾਣੀ ਨਾ ਪਾਣੀ ਹੋਵੇ ਤਾਂ ਹੀ ਹੈ ਨਾ। ਸੌ ਤਰ੍ਹਾਂ ਦੇ ਖਿਆਲ ਮਨ ਵਿੱਚ ਆਏ ਕੀ ਬਣਿਆ, ਕੀ ਪਤਾ ਰਾਤ ਨੂੰ ਕਿੱਥੇ ਜਾਂਦੀ ਪਤਾ ਨਹੀਂ, ਕੈਸੇ ਫੁਰਨੇ ਕੈਸੇ ਸ਼ੰਕੇ, ਦੜ ਵੱਟ ਕੇ ਰਾਤ ਕੱਟਦਾ ਚਲੋ ਹੋਇਆ ਹੈ, ਅੱਜ ਨਹੀਂ ਕੱਲ ਨੂੰ ਦੇਖੂੰਗਾ, ਜੇ ਅੱਜ ਮੈਂ ਪੁੱਛ ਲਿਆ ਕਿਆ ਪਤਾ ਕਿੰਨਾ ਕੁ ਝੂਠ ਬੋਲ ਜਾਵੇ, ਕਿੱਥੋਂ ਆਈ ਕਿੱਥੋਂ ਦੱਸ ਦੇਵੇ। ਦੂਸਰਾ ਦਿਨ ਜਦੋਂ ਆਇਆ ਸ਼ਾਮ ਨੂੰ ਆਪਣੇ ਦਰਬਾਰ ਤੋਂ, ਪਰ ਮਨ ਜਿਹੜਾ ਸੀ ਰੋਸ ਨਾਲ ਭਰਿਆ ਪਿਆ ਸੀ, ਮੈਂ ਬੜਾ ਥੱਕ ਗਿਆ ਭੇਸ ਬਣਾ ਤਾ ਸਾਰਾ ਹੀ। ਆਇਆ ਪ੍ਰਸ਼ਾਦਾ ਛਕਿਆ ਛਕਾਇਆ ਲੇਟ ਜਾਂਦਾ, ਮੈਂ ਬਹੁਤ ਥੱਕ ਗਿਆ, ਰਾਣੀ ਨੇ ਰੋਜ਼ ਦੀ ਤਰ੍ਹਾਂ ਲਿਆਓ ਮੈਂ ਸੇਵਾ ਕਰਾਂ ਕਰਦੀ ਹੈ। ਬਸ ਜਾਣ ਬੁੱਝ ਕੇ ਰਾਜਾ ਹਰੀ ਚੰਦ ਕੀ ਕੇਸੜਾ ਹੀ ਬਣ ਗਿਆ, ਘਰਾੜਿਆਂ ਦੀ ਬੇਸ ਬਣਾਤੀ ਹੈ ਨਹੀਂ ਸੀ, ਨੀਂਦ ਆਈ ਨਹੀਂ ਸੁੱਤਾ ਨਹੀਂ ਸੀ, ਐਂ ਬਣਾਤਾ ਮੈਂ ਸੌ ਗਿਆ। ਉਹਨੇ ਦੇਖਿਆ ਅੱਛਾ ਇਹ ਤਾਂ ਸੌ ਗਿਆ, ਚੱਲ ਹੁਣ ਰੋਜ਼ ਦੀ ਤਰ੍ਹਾਂ ਬਸ ਟਿਕਾ ਦਿੱਤਾ ਆਪ। ਹੌਲੀ ਹੌਲੀ ਖੜਾਵਾਂ ਪਾਈਆਂ, ਚਵਾਰੇ ਤੋਂ ਉਤਰਨਾ ਸ਼ੁਰੂ ਕੀਤਾ, ਉਹ ਖੜਾਵਾਂ ਖੜਕੀਆਂ ਉੱਠ ਕੇ ਬਹਿ ਗਿਆ, ਦੇਖਾਂ ਇਹ ਜਾਂਦੀ ਕਿੱਥੇ ਹੈ ਜਾਵੇ ਕਿੱਥੇ। ਮਗਰ ਮਗਰ ਤੁਰ ਪਿਆ, ਕੋਈ ਸਿਰ ਤੇ ਕੋਈ ਰਾਜ ਗੱਦੀ ਵਾਲਾ ਕੋਈ ਤਾਜ ਨਾ ਲਾਇਆ, ਕੋਈ ਪਹਿਰੇਦਾਰ ਕੋਈ ਗਨਮੈਨ ਨਾਲ ਨਾ ਚੁੱਕੇ, ਕੋਈ ਵਸਤਰ ਨਾ ਸ਼ਾਹੀ ਪਾਏ, ਚਾਦਰ ਦਾ ਲਪੇਟਾ ਮਾਰਿਆ ਭੇਸ ਬਦਲਿਆ ਤੁਰ ਪਿਆ ਮਗਰ ਮਗਰ। ਪਹੁੰਚ ਜਾਂਦੇ ਟਿਕਾਣੇ ਦੇਖਿਆ ਚਲੋ ਸਤਸੰਗਤ ਵਿੱਚ ਹੀ ਆਈ ਹੈ, ਮਾੜੀ ਜਗ੍ਹਾ ਤਾਂ ਨਹੀਂ ਆਈ, ਪਰ ਫਿਰ ਵੀ ਮੇਰੇ ਪੁੱਛੇ ਬਿਨਾਂ ਸਾਰੀ ਪਰਜਾ ਸਾਰੀ ਬਾਜ਼ਾਰ ਸਭ ਵਜ਼ੀਰ ਮੇਰੇ ਤੇ ਹੁਕਮ ਦੇ ਚੱਲਦੇ ਹੋਣ, ਮੇਰੇ ਘਰ ਵਾਲੀ ਮੇਰੇ ਹੁਕਮ ਤੋਂ ਬਾਅਦ ਕਿਉਂ ਬਈ ਕਿਉਂ ਪੁੱਛੇ ਬਿਨਾਂ ਕੋਈ ਨੀ। ਫਿਰ ਜੋੜਿਆਂ ਦੀ ਜਗ੍ਹਾ ਜੋੜੇ ਉਤਾਰੇ, ਖੜਾਵਾਂ ਉਤਾਰੀਆਂ, ਅੰਦਰ ਚਲ ਗਈ ਜਾ ਬੈਠੀ ਸਤ ਸੰਗਤ ਵਿੱਚ, ਜਿੱਥੇ ਜਿੱਥੇ ਟਿਕਾਣਾ ਹੈ ਜਿੱਥੇ ਜਿੱਥੇ ਕਿਸੇ ਨੂੰ ਬਾਈ ਇੱਥੇ ਕਿ ਠੀਕ ਰਹੇਗਾ। ਇੱਥੇ ਕੋਈ ਐਸਾ ਵੀ ਹੁੰਦਾ ਹੀ ਹੈ ਬਹਿ ਜਾਓ ਮਗਰ ਆਪਾਂ ਕਿਹੜਾ ਕੀਰਤਨ ਸੁਣਨਾ, ਆਪਾਂ ਤਾਂ ਗੱਪਾਂ ਹੀ ਮਾਰਨੀ ਹੈ। ਉਹ ਵੀ ਕਹਿੰਦੇ ਅਸੀਂ ਕੀਰਤਨ ਵਿੱਚ ਆਏ ਹੋਏ, ਕਿਸੇ ਨੂੰ ਇਹ ਹੁੰਦਾ ਬਸ ਥਾਂ ਹੀ ਮੋਹਰੇ ਲੈਣਾ ਭਾਵੇਂ ਅੜ ਕੇ ਹੀ ਨਾ ਲੈਣਾ ਪਵੇ, ਭਾਈ ਆ ਵੀ ਕੋਈ ਉਹ ਵੀ ਹੈ ਬਾਈ ਨਾ ਕੱਲ ਕੋਈ ਨੀ ਬਹਿ ਗਏ ਜਿੱਥੇ ਬਹਿ ਗਏ ਠੀਕ ਹੀ ਹੈ। ਇਸ ਤਰ੍ਹਾਂ ਰਾਣੀ ਨੇ ਵੀ ਆਪਣਾ ਟਿਕਾਣਾ ਚੁਣਿਆ, ਰੋਜ਼ ਦੀ ਤਰ੍ਹਾਂ ਜਾ ਬੈਠੀ ਹੈ, ਸਤਸੰਗਤ ਆਨੰਦ ਵਧਿਆ ਪਿਆ। ਆ ਕੀਰਤਨ ਹੈ, ਮਾਫ਼ ਕਰਨਾ ਇਹ ਕੀਰਤਨ ਇੱਥੇ ਹੀ ਤਾਂ ਨਹੀਂ ਹੋ ਰਿਹਾ, ਆਹ ਜਿਹੜਾ ਬੰਦੇ ਬੀਬੀਆਂ ਬੈਠੇ ਵੀਰ ਭਾਈ ਆ ਬੱਚੀ ਆ ਸੱਚਖੰਡ ਬਾਣੀ ਆ ਇੱਥੇ ਜਿਹੜੀ ਰੀਤ ਚੱਲ ਰਹੀ ਨਾ ਇਸੇ ਤਰ੍ਹਾਂ ਦਰਗਾਹ ਦੇ ਵਿੱਚ ਵੀ ਚੱਲ ਰਹੀ। ਉੱਥੇ ਵੀ ਐ ਆ ਦੇਖੋ ਫਿਰ ਟੀਵੀ ਲੱਗਿਆ ਹੋਇਆ ਲੈ ਕੰਮ ਕਿਤੇ ਹੋ ਰਿਹਾ, ਕੋਈ ਜਲੰਧਰ ਦੂਰਦਰਸ਼ਨ ਹੈ ਕੋਈ ਕਿਤੇ ਆ ਕੋਈ ਕਿਤੇ ਆ, ਘਰਾਂ ਚ ਕਿਵੇਂ ਪਹੁੰਚ ਗਿਆ ਤੁਹਾਡੇ ਉਹ ਸਾਰਾ ਸਭ ਕੁਛ ਨਾਟਕ ਚੇਟਕ ਕਿਵੇਂ ਪਹੁੰਚ ਗਏ। ਕੰਮ ਤਾਂ ਸਾਰਾ ਕਿਤੇ ਦਿੱਲੀ ਹੋ ਰਿਹਾ ਕਿਤੇ ਕਿਤੇ ਆ ਕੇ ਜਿੱਥੇ ਜਿੱਥੇ ਵੀ ਕੇਂਦਰ ਹੈ ਲਾ ਲਓ, ਪਰ ਘਰਾਂ ਚ ਕਿਵੇਂ ਬਸ ਇਸੇ ਤਰ੍ਹਾਂ ਹੀ ਆ ਕੌਰਦੀ ਵਾਲੇ ਦੀਵਾਨ ਸਜੇ ਆ ਇੱਥੇ ਆ ਬਈ ਆ ਦਿਸਦਾ ਹੀ ਹੈ ਬਈ ਇੱਥੇ ਬੈਠੇ, ਪਰ ਆ ਰੀਤ ਸਾਰੀ ਸੱਚਖੰਡ ਵਿੱਚ ਵੀ ਐਂ ਚੱਲ ਰਹੀ। ਕੌਣ ਆਇਆ ਕੌਣ ਬੋਲੋ, ਨਹੀਂ ਆਇਆ ਕੌਣ ਆਇਆ ਕੌਣ, ਕੀ ਉਹਨੂੰ ਨਹੀਂ ਪਤਾ ਹਾਜ਼ਰੀ ਨਗਰ ਨਿਵਾਸੀਆਂ ਨੇ ਤਾਂ ਨਹੀਂ ਲਾਉਣੀ, ਹਾਜ਼ਰੀ ਪ੍ਰਬੰਧਕਾਂ ਨੇ ਨਹੀਂ ਲਾਉਣੀ, ਹਾਜ਼ਰੀ ਤੁਹਾਡੀ ਬਾਬਿਆਂ ਨੇ ਨਹੀਂ ਲਾਉਣੀ, ਭਾਵ ਮੈਂ ਨਹੀਂ ਲਾਉਣੀ ਹਾਜ਼ਰੀ, ਗੁਰੂ ਗ੍ਰੰਥ ਸਾਹਿਬ ਨੇ ਹਾਜ਼ਰੀ ਤਾਂ ਆ ਤਾਰਾਂ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਸਿੱਧੀਆਂ ਸੱਚਖੰਡ ਉੱਥੇ ਹਾਜ਼ਰੀਆਂ ਲੱਗ ਰਹੀਆਂ।
ਉੱਥੇ ਇੱਕ ਇੱਕ ਮਿੰਟ ਦਾ ਟਾਈਮ ਹੈ, ਕੋਈ ਇਹ ਦੁਨਿਆਵੀ ਸੌਦਾ ਤਾਂ ਨਹੀਂ ਹੈ, ਇਹ ਦਰਗਾਹੀ ਸੌਦਾ ਹੈ। ਜਿਹੜਾ ਸਤਸੰਗਤ ਨਾਲ ਜੁੜ ਗਿਆ ਸਮਝ ਲਓ ਦਰਗਾਹ ਨਾਲ ਜੁੜ ਗਿਆ, ਜਿਹੜਾ ਸਤਸੰਗਤ ਤੋਂ ਵਿਛੜ ਗਿਆ ਸਮਝ ਲਿਓ ਦਰਗਾਹ ਤੋਂ ਰੱਬ ਤੋਂ ਡਾਇਰੈਕਟ ਹੀ ਵਿਛੜ ਗਿਆ। ਕੋਈ ਢੋਈ ਨਹੀਂ ਹੈ ਮੇਲੇ ਦੁਸਹਿਰੇ ਦੇ ਵਿੱਚ ਬੱਚੇ ਦੇ ਕੋਲੋਂ ਮਾਂ ਬਾਪ ਦੀ ਉਂਗਲੀ ਛੁੱਟ ਜਾਵੇ ਕੀ ਹਾਲ ਹੁੰਦਾ, ਰੋਂਦਾ ਫਿਰਦਾ। ਸਟੇਜਾਂ ਤੇ ਲੌਸਮੈਂਟਾਂ ਵੀ ਹੁੰਦੀਆਂ ਨੇ, ਆ ਬਈ ਬੱਚਿਆ ਕਿਸੇ ਦਾ ਰੁਲਿਆ ਫਿਰਦਾ, ਕਿਉਂ ਉਂਗਲੀ ਛੁੱਟ ਗਈ ਨਾ ਬਾਂਹ ਛੁੱਟ ਗਈ। ਇਸੇ ਤਰ੍ਹਾਂ ਅੱਜ ਦੇ ਸਮੇਂ ਦੇ ਭਿਆਨਕ ਸਮੇਂ ਜਿਹਦੇ ਕੋਲੋਂ ਮੇਰੇ ਗੁਰੂ ਨਾਨਕ ਦੀ ਉਂਗਲੀ ਛੁੱਟ ਗਈ, ਜਿਹਦੇ ਕੋਲੋਂ ਮੇਰੇ ਬਾਜਾਂ ਵਾਲੇ ਦੀ ਬਾਂਹ ਛੁੱਟ ਗਈ, ਜਿਹਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਤ ਸੰਗਤ ਛੁੱਟ ਗਈ, ਉਹ ਵੀ ਉਸ ਬੱਚੇ ਦੀ ਤਰ੍ਹਾਂ ਇਸ ਸੰਸਾਰ ਤੇ ਰੋਂਦਾ ਹੀ ਫਿਰਦਾ, ਤੜਫਦਾ ਹੀ ਫਿਰਦਾ, ਹਾਏ ਮਰ ਗਏ, ਹਾਏ ਮਰ ਗਏ, ਆ ਨਹੀਂ ਹੋਇਆ, ਉਹ ਨਹੀਂ ਹੋਇਆ। ਉਹ ਜੇ ਭਲਾ ਚਾਹੁੰਦਾ ਲੈ ਉਹ ਰੋਂਦੇ ਧੋਂਦੇ ਬੱਚੇ ਨੂੰ ਲੈ ਮਿਲ ਜਾਵੇ, ਕਿਤੇ ਮਾਂ ਬਾਪ ਵਿਛੜਿਆ ਹੋਇਆ, ਫਿਰ ਹੰਝੂ ਸੁੱਕ ਨਹੀਂ ਜਾਂਦੇ, ਜਿਹੜੀਆਂ ਅੱਖਾਂ ਸੁਕਾਈਆਂ ਨਹੀਂ ਸੀ ਸੁੱਕਦੀਆਂ। ਬਥੇਰਾ ਕੋਈ ਦੂਸਰੀ ਔਰਤ ਕਹਿ ਰਹੀ ਸੀ ਕੋਈ ਨੀ ਬੱਚਾ ਚੁੱਪ ਕਰ, ਕੋਈ ਨੀ ਮਾਂ ਮਿਲ ਜੂਗੀ, ਕਰਤੀ ਲੋਸਮੈਂਟ, ਕੋਈ ਨੀ ਫਿਕਰ ਕਰ ਬੇਟਾ ਚੁੱਪ, ਆਹ ਲੈ ਲੈ ਖਿਡਾਉਣਾ। ਲੈ ਹੁਣ ਉਹਨੂੰ ਖਿਡਾਉਣਾ ਵੀ ਚੰਗਾ ਨਹੀਂ ਲੱਗਦਾ, ਉਹ ਹੈ ਤਾਂ ਉਹ ਵੀ ਔਰਤ ਹੀ ਹੈ ਜਿਹੜੀ ਕੁੱਖ ਚ ਭਾਵ ਕੇ ਦੀ ਗੋਦ ਤੇ ਬੈਠਾ ਹੈ, ਪਰ ਨਹੀਂ ਰੋਣਾ ਨਾ ਚੁੱਪ ਚੁੱਪ ਹੋਇਆ, ਅੱਖਾਂ ਨਾ ਸੁੱਕੀਆਂ, ਮਿਲ ਗਈ ਨਾ ਮਾਂ, ਮਿਲ ਗਿਆ ਬਾਪ, ਵਿਛੋੜਾ ਜਿਨ੍ਹਾਂ ਦਾ ਸੀ ਉਹ ਮਿਲ ਗਏ, ਚਲੋ ਮੁੱਕ ਦੀ ਗੱਲ। ਫੇਰ ਲੈ ਹੁਣ ਤਾਂ ਰੋਇਆ ਨਹੀਂ ਰੋਂਦਾ, ਹੁਣ ਤਾਂ ਹੰਝੂ ਸੁੱਕ ਗਏ, ਮਨ ਟਿਕ ਗਿਆ, ਹਾਸਾ ਮੂੰਹ ਤੇ ਆ ਗਿਆ ਨਾ, ਬਸ ਏਦਾਂ ਹੀ ਹੈ। ਜਦੋਂ ਨਿਤ ਨੇਮੀ ਬਣ ਗਏ, ਜਦੋਂ ਸਤਸੰਗੀ ਬਣ ਗਏ, ਜਦੋਂ ਸਤਸੰਗਤ ਅੰਮ੍ਰਿਤ ਧਾਰੀ ਬਣ ਗਏ, ਜਦੋਂ ਗੁਰੂ ਨਾਨਕ ਗੁਰੂ ਕਲਗੀਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਂਗਲੀ ਆ ਵਿਛੜਿਆ ਹੋਇਆ ਨੂੰ ਮੁੜ ਕੇ ਹੱਥ ਆ ਗਈ ਨਾ, ਫਿਰ ਨਾ ਘਰਾਂ ਚ ਪਰੇਸ਼ਾਨੀਆਂ ਰਹਿ ਗਈਆਂ, ਫਿਰ ਨਾ ਚਿੰਤਾ ਰਹਿ ਗਈ, ਫਿਰ ਨਾ ਦੁੱਖ ਰਹਿ ਗਏ, ਫਿਰ ਨਾ ਕਲੇਸ਼ ਰਹਿ ਗਏ। ਹੰਝੂ ਸੁੱਕ ਜਾਂਦੇ ਨੇ ਕਿਉਂਕਿ ਜੋ ਸੁੱਖ ਕੋ ਚਾਹੇ ਸਦਾ ਚਰਨ ਰਾਮ ਕੀ, ਨਾ ਸੁੱਖ ਵਿੱਚ ਗ੍ਰਿਸ਼ਤੇ ਨਾ ਸੁੱਖ ਛੱਡ ਗਿਆ, ਸੁੱਖ ਤਾਂ ਵਿੱਚ ਵਿਚਾਰਦੇ ਸਤਿਗੁਰ ਸ਼ਰਨ ਪਏ। ਗੁਰੂ ਦੀ ਬਾਂਹ ਫੜ ਲਓ, ਗੁਰੂ ਦੀ ਉਂਗਲੀ, ਗੁਰੂ ਦਾ ਨਿਤਨੇਮ ਫੜ ਲਓ, ਗੁਰੂ ਦੀ ਸੰਗਤ, ਆਹ ਬਾਣੀ ਦੇ ਲੜ ਲੱਗ ਜਾਓ, ਤਾਰਾਂ ਜੋੜੋ ਤਾਂ ਸਹੀ, ਕਿਵੇਂ ਜੇ ਵਾਇਰਿੰਗ ਸਹੀ ਹੈ ਜੋੜ ਦਿਓ ਸਹੀ ਜਗ੍ਹਾ ਤੇ ਤਾਰਾਂ ਕਨੈਕਸ਼ਨ ਜੋੜ ਦਿਓ, ਜਿੱਥੇ ਲਾਈਟ ਹੋਵੇ ਕਿਉਂ ਨਾ ਘਰ ਚ ਚਾਨਣ ਹੋਵੇ, ਜੇ ਤਾਰਾਂ ਹੀ ਇਹੋ ਜਿਹੀ ਜਗ੍ਹਾ ਤੇ ਜੋੜੀਆਂ ਜਿੱਥੇ ਪਹਿਲਾਂ ਹੀ ਲਾਈਟ ਹੈ ਨੀ, ਕਿੱਥੋਂ ਘਰ ਚਾਨਣ ਹੋਜੂ। ਜੇ ਲਾਈਟ ਤਾਂ ਹੈ, ਟ੍ਰਾਂਸਫਾਰਮ ਤਾਂ ਠੀਕ ਹੈ, ਪਰ ਆਪਣੀ ਤਾਰ ਤੇਰੀ, ਆਪਣਾ ਹੀ ਬਲਬ ਖਰਾਬ ਹੈ, ਤਾਂ ਫਿਰ ਤੇਰੇ ਘਰ ਚਾਨਣ ਕਿੱਥੋਂ ਹੋ ਜੇ। ਆਪਣੇ ਬਲਬ ਵੀ ਸਹੀ ਕਰਨੇ ਪੈਂਦੇ ਨੇ, ਧਿਆਨ ਦਿਓ, ਆਪਣੀਆਂ ਤਾਰਾਂ ਵੀ ਵਾਇਰਿੰਗ ਵੀ ਸਹੀ ਕਰਨੀ ਪੈਂਦੀ ਹੈ, ਭਾਵ ਆਪਣੇ ਕਰਮ ਵੀ ਸਹੀ ਕਰਨੇ ਪੈਂਦੇ ਤੇ ਕਨੈਕਸ਼ਨ ਵੀ ਗੁਰੂ ਨਾਨਕ ਦੇ ਨਾਲ ਜੋੜਨਾ ਪੈਂਦਾ ਹੈ, ਫਿਰ ਘਰ ਵਿੱਚ ਚਾਨਣ ਹੀ ਚਾਨਣਾ, ਫਿਰ ਘਰ ਵਿੱਚ ਸੁੱਖ ਹੀ ਸੁੱਖ ਹੈ, ਫਿਰ ਤਾਂ ਸੁੱਖ ਹੀ ਸੁੱਖ ਹੈ। ਜੇ ਤੂੰ ਚਾਹੁੰਦਾ ਹੈ ਸਦਾ ਸੁੱਖ ਲਾੜ ਫੜ ਲੈ।